ਕੱਲ ਅਸੀਂ ਸਰਕਾਰੀ ਹਾਈ ਸਕੂਲ ਕਿਹੜੇ ਜਾਂਦੇ ਸਤਵੀਂ ਜਮਾਤ ਦੇ ਵਿਦਿਆਰਥੀਆਂ ਸਾਡੇ ਮੁੱਲ ਕਿਰਿਆ ਦਾ ਨਾਮ ਘੁੰਮਣ ਸਮਿਤੀ ਮੁੱਲ ਕਿਰਿਆ ਰਾਹੀਂ ਸਮਝਣਾ ਵਰਕ ਸਮਿਤੀ ਲਿਖਾਵਾਂ ਦੀ ਗਿਣਤੀ ਚਾਰ ਹੁੰਦੀ ਹੈ ਘੁੰਮਣ ਸਮਿਤੀ ਦਾ ਕਰਮ ਚਾਰ ਹੁੰਦਾ ਹੈ ਇੱਕ ਵਾਰੀ ਦੋ ਵਾਰੀ ਤਿੰਨ ਅਤੇ ਚਾਰ 190 ਡਿਗਰੀ ਦਾ ਹੁੰਦਾ ਟੋਟਲ 360 ਡਿਗਰੀ ਹੁੰਦੇ ਹਨ ਸੰਭੂ ਤ੍ਰਿਭੁਜ ਸਮਿਤੀ ਰੇਖਾਵਾਂ ਦੀ ਗਿਣਤੀ ਤਿੰਨ ਹੁੰਦੀ ਹੈ ਸਮਿਤੀ ਘੁੰਮਣ ਸਮਿਤੀ ਦਾ ਕਰਮ ਤਿੰਨ ਹੁੰਦਾ ਹੈ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਘੁੰਮਣ ਕੋਣ 120 ਡਿਗਰੀ ਦਾ ਟੋਟਲ ਕੋਣ 360 ਡਿਗਰੀ ਦਿੰਦੇ ਹਨ ਆਇਤ ਸਮਿਤੀ ਰੇਖਾਵਾਂ ਦੀ ਗਿਣਤੀ ਦੋ ਹੁੰਦੀ ਹੈ ਘੁੰਮਣ ਸਮਿਤੀ ਦਾ ਕਰਮ ਦੋ ਹੁੰਦਾ ਹੈ ਇੱਕ ਵਾਰੀ ਇੱਥੇ ਨਹੀਂ ਬਣਦਾ ਇੱਕ ਵਾਰੀ ਦੋ ਵਾਰੀ ਘੁੰਮਣ ਕੋਣ 180 ਡਿਗਰੀ ਦਾ ਟੋਟਲ ਕੋਣ 360 ਡਿਗਰੀ ਦਾ ਹੁੰਦਾ ਹੈ ਸਮਿਤੀ ਰੇਖਾਵਾਂ ਦੀ ਗਿਣਤੀ ਚੱਕਰਕਾਰ ਸਮਿਤੀ ਰੇਖਾਵਾਂ ਦੀ ਗਿਣਤੀ ਅਨੇਕ ਹੁੰਦੀ ਹੈ ਘੁੰਮਣ ਸਮਿਤੀ ਦਾ ਕਰਮ ਚੱਕਰ ਹੁੰਦਾ ਹੈ ਘੁੰਮਣ ਕੋਣ 180 ਡਿਗਰੀ ਹੁੰਦਾ ਹੈ ਥੈਂਕ ਯੂ।